ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਕਲਾਸੀਕਲ ਲਿਬਰਲ ਹੋ, ਦੂਜੇ ਪਾਸੇ ਜਿਹੜੇ ਜਿਸ ਪਾਰਟੀ ਮੈਕਸਿਮ ਬਰਨੀਅਰ ਦੀ ਪਾਰਟੀ ਜਿਹੜੀ ਆ ਪੀਪਲਸ ਪਾਰਟੀ ਆਫ ਕੈਨੇਡਾ, ਉਹ ਤਾਂ ਈਵਨ ਐਂਡਰੂ ਸ਼ੇਅਰ ਦੀ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹਨੂੰ ਵੀ ਉਹ ਕਹਿੰਦੇ ਕਿ ਇਹ ਪਿਓਰ ਕੰਜ਼ਰਵੇਟਿਵ ਨਹੀਂ ਹੈ, ਅਸੀਂ ਪਿਓਰ ਕੰਜ਼ਰਵੇਟਿਵ ਹਾਂ। ਲਿਬਰਲ ਸੇਜ਼ ਅਸੀਂ ਆਹ ਕਰਾਂਗੇ, ਉਹ ਕਹਿੰਦਾ ਹਾਂਜੀ ਹਾਂਜੀ ਮੈਂ ਵੀ ਇਹ ਕਰੂੰਗਾ ਪਰ ਮੈਂ ਤਾਂ ਥੋੜ੍ਹਾ ਜ਼ਿਆਦਾ ਕਰੂੰਗਾ ਜਾਂ ਇਹਨੂੰ ਥੋੜ੍ਹਾ ਘਟਾ ਦੂੰਗਾ। ਕਾਰਬਨ ਟੈਕਸ ਦੀ ਗੱਲ ਆਉਂਦੀ ਹੈ, ਨਹੀਂ ਮੈਂ ਕਾਰਬਨ ਟੈਕਸ ਨਹੀਂ, ਮੈਂ ਤੁਹਾਡਾ ਗੈਸ 'ਤੇ ਟੈਕਸ ਘਟਾ ਦੂੰਗਾ, ਲੇਕਿਨ ਕਾਰਬਨ ਟੈਕਸ ਫਿਰ ਉੱਥੇ ਰਹਿਣਾ। ਲਾਸਟ ਈਅਰ ਲਗਭਗ 3 ਲੱਖ ਲੋਕਾਂ ਤੋਂ ਵੱਧ ਲੋਕ ਜਿਹੜੇ ਨੇ ਉਹ ਕੈਨੇਡਾ 'ਚ ਆਏ, ਆਲਮੋਸਟ ਜਿਹੜੇ ਨੰਬਰਸ ਹੈਗੇ ਆ ਦੈਟ ਇਜ਼ ਓਵਰ 1 ਮਿਲੀਅਨ ਫਰੋਮ ਡਿਫਰੈਂਟ ਸਟ੍ਰੀਮਸ। ਜਦੋਂ ਤੁਸੀਂ ਇੰਨੇ ਸਾਰੇ ਅਗਰ ਇਮੀਗ੍ਰੈਂਟਸ ਨੂੰ ਬੁਲਾਉਂਦੇ ਹੋ, ਫਰੋਮ ਦੈਟ ਜਿਹੜੇ ਅੱਜ ਦੇ ਨੰਬਰ ਹੈਗੇ ਆ, ਐਂਡ ਦੀਜ਼ ਆਰ ਨੋਟ ਮਾਈ ਪੋਲੀਟੀਕਲ ਨੰਬਰਸ, ਦੀਜ਼ ਆਰ ਦਾ ਨੰਬਰਸ ਬਾਏ ਦ ਇਮੀਗ੍ਰੇਸ਼ਨ ਡਿਪਾਰਟਮੈਂਟ, ਦੇਰ ਆਰ ਓਨਲੀ 24% ਆਫ ਦ ਇਮੀਗ੍ਰੈਂਟਸ ਵਿਚ ਆਰ ਇਕਨੋਮਿਕਲ ਇਮੀਗ੍ਰੈਂਟਸ, ਬਾਕੀ ਸਾਰੇ, ਐਂਡ ਇਟਸ ਨੋਟ ਐਨੀਥਿੰਗ ਰੋਂਗ ਵਿਦ ਇਟ, ਬਟ ਦ ਨੰਬਰ ਇਜ਼ ਟੂ ਲੋ ਵੈਨ ਇਟ ਕਮਸ ਟੂ ਇਕਨੋਮਿਕ ਇਮੀਗ੍ਰੇਸ਼ਨ। ਪੇਰੈਂਟਸ ਆਉਂਦੇ ਨੇ, ਗ੍ਰੈਂਡ ਪੇਰੈਂਟਸ ਆਉਂਦੇ ਨੇ ਜਾਂ ਡਿਪੈਂਡੈਂਟਸ ਆਉਂਦੇ ਨੇ, ਉਹ ਇਸ ਤੋਂ ਵੀ ਖੁਸ਼ ਨੇਗੇ, ਪਰ ਦਿਸ ਇਜ਼ ਵੇਅਰ ਆਈ ਵਿਲ ਸਟਾਪ, ਦੋਜ਼ ਆਰ ਦਾ ਨੰਬਰਸ ਵਿਚ ਗੋਜ਼ ਇਨ ਟੂ ਦੈਟ ਐਕਸਟਰਾ ਮਿਲੀਅਨ, ਸੋ ਦਿਸ ਇਜ਼ 370 ਔਰ 150 ਇਜ਼ ਪਿਓਰਲੀ ਇਕਨੋਮਿਕ ਇਮੀਗ੍ਰੈਂਟਸ। ਚੈਨਲ ਪੰਜਾਬੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੰਜੀਵ ਧਵਨ ਦਾ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਆਪ ਦਾ ਸਵਾਗਤ ਹੈ ਪ੍ਰੋਗਰਾਮ ਡੇਟਲਾਈਨ ਟੋਰਾਂਟੋ। ਕੈਨੇਡਾ ਦੇ ਵਿੱਚ ਇਲੈਕਸ਼ਨ ਜੋ ਹਨ ਉਹ ਕਾਫੀ ਭਖ ਰਹੀਆਂ ਹਨ, ਪਿਛਲੇ ਦਿਨਾਂ 'ਚ ਲੀਡਰਾਂ ਦੇ ਬਿਆਨ ਆ ਰਹੇ ਨੇ, ਅਤੇ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਪੀਪਲਸ ਪਾਰਟੀ ਆਫ ਕੈਨੇਡਾ ਦੇ ਬ੍ਰੈਂਪਟਨ ਸੈਂਟਰ ਦੇ ਕੈਂਡੀਡੇਟ ਬਲਜੀਤ ਬਾਵਾ ਜੀ ਸਾਡੇ ਨਾਲ ਹਾਜ਼ਰ ਹਨ। ਬਲਜੀਤ ਜੀ, ਆਪ ਦਾ ਸਵਾਗਤ ਚੈਨਲ ਪੰਜਾਬੀ ਦੇ। ਥੈਂਕ ਯੂ ਸੰਜੀਵ ਜੀ, ਵੰਸ ਅਗੇਨ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਔਰ ਗਿਵਿੰਗ ਮੀ ਟਾਈਮ ਔਨ ਦਿਸ ਵਨ। ਯੈਸ, ਜਿੱਦਾਂ ਤੁਸੀਂ ਕਿਹਾ, ਮੇਰਾ ਨਾਮ ਬਲਜੀਤ ਬਾਵਾ, ਮੈਂ ਬ੍ਰੈਂਪਟਨ ਸੈਂਟਰ ਤੋਂ ਮੈਂਬਰ ਆਫ ਪਾਰਲੀਮੈਂਟ, ਤੁਹਾਡਾ ਕੈਂਡੀਡੇਟ ਪੀਪਲਸ ਪਾਰਟੀ ਆਫ ਕੈਨੇਡਾ। ਬਲਜੀਤ ਜੀ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕੁਐਸਚਨ ਪੁੱਛਣਾ ਚਾਹਾਂਗਾ ਕਿ ਤੁਸੀਂ ਕੈਨੇਡਾ ਦੀ ਪੋਲਿਟਿਕਸ ਦੇ ਵਿੱਚ ਸ਼ਾਮਿਲ ਹੋਣ ਦਾ ਮਨ ਕਿਉਂ ਬਣਾਇਆ? ਦੇਖੋ, ਇੱਕ ਜਦੋਂ ਕਹਿੰਦੇ ਆ ਵੀ ਬੰਦੇ ਦੀ ਕਮਰ ਟੁੱਟ ਜਾਂਦੀ ਹੈ ਨਾ ਕਿਸੇ ਚੀਜ਼ ਨੂੰ ਚੱਲਦੇ ਸਹਿੰਦੇ ਸਹਿੰਦੇ, ਅਤੇ ਉਸ ਵੇਲੇ ਉਹਨੂੰ ਇਹ ਲੱਗਦਾ ਜਾਂ ਤਾਂ ਉਹ ਅਡਾਪਟ ਕਰ ਲੈਂਦਾ ਵੀ ਮੈਂ ਹਾਰ ਮੰਨ ਗਿਆ, ਅਤੇ ਜਿਹੜਾ ਅਗਰ ਤੁਸੀਂ ਥੋੜ੍ਹਾ ਜਿਹਾ ਹਿੰਮਤ ਰੱਖਦੇ ਹੈਗੇ ਹੋ ਤਾਂ ਯੂ ਟਰਾਈ ਟੂ ਸਟੈਂਡ ਅਪ ਅਗੇਂਸਟ ਦ ਔਡਸ, ਅਗੇਂਸਟ ਦ ਰੋਂਗ ਥਿੰਗਸ ਔਰ ਐਨੀਥਿੰਗ ਦੈਟਸ ਨੋਟ ਅਕੋਰਡਿੰਗ ਟੂ ਦ ਪ੍ਰੋਪਰ ਚੈਨਲਸ। ਸੋ ਮੇਰੇ ਵਾਸਤੇ ਪੋਲੀਟਿਕਸ ਦੇ ਵਿੱਚ ਆਉਣਾ ਕੋਈ ਇਹ ਸੁਭਾਵਿਕ ਨਹੀਂ ਸੀਗਾ, ਬੜਾ ਹੀ ਇੱਕ ਪ੍ਰੋਸੈਸ ਦੇ ਥਰੂ ਫੋਲੋ ਹੋਇਆ ਇਹ, ਐਂਡ ਐਜ਼ ਯੂ ਨੋ ਇਟ, ਇੱਕ 20 ਈਅਰਸ ਇਟਸ ਹੇਅਰ ਆਈ ਐਮ ਬੀਂਗ ਐਜ਼ ਐਨ ਇਮੀਗ੍ਰੈਂਟ। ਇਨ 2011 ਐਜ਼ ਅ ਇਮੀਗ੍ਰੈਂਟ ਆਈ ਵਾਸ ਵੈਰੀ ਮੱਚ ਇਨਵੋਲਵ ਇਨ ਟੂ ਵਾਲੰਟੀਅਰ ਵਰਕ, ਇਨ ਟੂ ਕਮਿਊਨਿਟੀ ਵਰਕ, ਐਜ਼ ਚੈਰਿਟੀਜ਼ ਐਂਡ ਸੋ ਔਨ, ਐਂਡ ਆਈ ਵਾਸ ਅਵਾਰਡਿਡ ਟੋਪ 25 ਕਨੇਡੀਅਨ ਇਮੀਗ੍ਰੈਂਟ ਅਵਾਰਡ ਐਟ ਦੈਟ ਟਾਈਮ, ਵਿਚ ਇਜ਼ ਓਨਲੀ 25 ਪੀਪਲ ਦੇ ਗੈਟ ਇਨ 1 ਈਅਰ ਅਕਰੋਸ ਕੈਨੇਡਾ, ਸੋ ਕੋਸਟ ਟੂ ਕੋਸਟ, ਦੈਟ ਵਾਸ ਅ ਵੈਰੀ ਯੂ ਨੋ ਓਨਰੇਬਲ ਔਰ ਓਨਰਡ ਅਵਾਰਡ ਫੋਰ ਮੀ। ਤੁਹਾਨੂੰ ਗੱਲ ਕਰਕੇ ਮੈਂ ਭੰਬਲ ਭੂਸੇ 'ਚ ਪੈ ਗਿਆ, ਕਿਉਂਕਿ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਕਲਾਸੀਕਲ ਲਿਬਰਲ ਹੋ, ਦੂਜੇ ਪਾਸੇ ਜਿਹੜੇ ਜਿਸ ਪਾਰਟੀ ਮੈਕਸਿਮ ਬਰਨੀਅਰ ਦੀ ਪਾਰਟੀ ਜਿਹੜੀ ਆ ਪੀਪਲਸ ਪਾਰਟੀ ਆਫ ਕੈਨੇਡਾ, ਉਹ ਤਾਂ ਈਵਨ ਐਂਡਰੂ ਸ਼ੇਅਰ ਦੀ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹਨੂੰ ਵੀ ਉਹ ਕਹਿੰਦੇ ਕਿ ਇਹ ਪਿਓਰ ਕੰਜ਼ਰਵੇਟਿਵ ਨਹੀਂ ਹੈ, ਅਸੀਂ ਪਿਓਰ ਕੰਜ਼ਰਵੇਟਿਵ ਹਾਂ, ਅਤੇ ਇਹ ਤੁਹਾਡਾ ਲਿਬਰਲ ਤੋਂ ਕੰਜ਼ਰਵੇਟਿਵ ਦਾ ਜਿਹੜਾ ਮਾਨਸਿਕ ਸਫ਼ਰ ਹੈ, ਇਹਨੂੰ ਤੁਸੀਂ ਕਿਵੇਂ ਜਸਟੀਫਾਈ ਕਰਦੇ ਹੋ ਅਤੇ ਕਿਵੇਂ ਐਕਸਪਲੇਨ ਕਰਦੇ ਹੋ? ਅਗੇਨ, ਇਹ ਵੀ ਮਾਨਸਿਕ ਜਸਟੀਫਿਕੇਸ਼ਨ ਨੂੰ ਇਸ ਤਰ੍ਹਾਂ ਦੀ ਕੋਈ ਲੋੜ ਨਹੀਂ ਹੈਗੀ, ਬਿਕੋਜ਼ ਇਟਸ ਅਗੇਨ ਦ ਵੈਲਿਊਸ ਵੈਨ ਵੀ ਕਾਲ ਆਫ ਕੰਜ਼ਰਵੇਟਿਵਸ, ਵਿਚ ਆਈ ਲਵ, ਆਈ ਲਾਈਕ ਅਬਾਊਟ ਕੰਜ਼ਰਵੇਟਿਵਸ ਵਾਟ ਮਿਸਟਰ ਹਾਰਪਰ ਆਲਸੋ ਡਿਡ, ਐਂਡ ਈਵਨ ਐਂਡ ਨਾਓ ਐਂਡਰੂ ਸ਼ੀਅਰ ਹੈਜ਼ ਟੋਟਲੀ ਸਵੇਡ ਅਵੇ ਫਰੋਮ ਇਟ, ਹੀ ਇਜ਼ ਅਨਦਰ ਯੂ ਨੋ ਮੋਰ ਮੂਵਿੰਗ ਟੂਵਰਡਸ ਅ ਲਿਬਰਲਸ, ਹੀ ਇਜ਼ ਆਲਸੋ ਡੂਇੰਗ ਦ ਸੇਮ ਥਿੰਗ। ਲਿਬਰਲ ਸੇਜ਼ ਅਸੀਂ ਆਹ ਕਰਾਂਗੇ, ਉਹ ਕਹਿੰਦਾ ਹਾਂਜੀ ਹਾਂਜੀ ਮੈਂ ਵੀ ਇਹ ਕਰੂੰਗਾ ਪਰ ਮੈਂ ਤਾਂ ਥੋੜ੍ਹਾ ਜ਼ਿਆਦਾ ਕਰੂੰਗਾ ਜਾਂ ਇਹਨੂੰ ਥੋੜ੍ਹਾ ਘਟਾ ਦੂੰਗਾ। ਕਾਰਬਨ ਟੈਕਸ ਦੀ ਗੱਲ ਆਉਂਦੀ ਹੈ, ਨਹੀਂ ਮੈਂ ਕਾਰਬਨ ਟੈਕਸ ਨਹੀਂ, ਮੈਂ ਤੁਹਾਡਾ ਗੈਸ 'ਤੇ ਟੈਕਸ ਘਟਾ ਦੂੰਗਾ, ਲੇਕਿਨ ਕਾਰਬਨ ਟੈਕਸ ਫਿਰ ਉੱਥੇ ਰਹਿਣਾ ਹੈਗਾ। ਦ ਸੇਮ ਵੇ ਉਹ ਇਮੀਗ੍ਰੇਸ਼ਨ ਵਧਾਉਣੀ ਹੈ, ਯੈਸ ਇਮੀਗ੍ਰੇਸ਼ਨ ਵਧਾਵਾਂਗੇ ਲੇਕਿਨ ਅਸੀਂ ਇੱਦਾਂ ਦੀ ਇਮੀਗ੍ਰੇਸ਼ਨ ਕਰਾਂਗੇ ਨਾ। ਦੇਰ ਇਜ਼ ਨੋ ਸਬਸਟੈਂਸ ਵੈਨ ਦੇ ਆਰ ਨੋਟ ਸਟੈਂਡਿੰਗ ਫੋਰ ਐਨੀਥਿੰਗ। ਵਟ ਕੰਜ਼ਰਵੇਟਿਵਸ ਵਰ ਨੋਨ ਐਜ਼ ਇਜ਼ ਫੋਰ ਦ ਸਮਾਲ ਗਵਰਨਮੈਂਟ ਐਂਡ ਫਿਸਕਲੀ ਔਰ ਇਕਨੋਮਿਕਲੀ ਕੰਜ਼ਰਵੇਟਿਵ, ਦੈਟ ਮੀਨਸ ਲੈਸ ਲੋ ਟੈਕਸਿਸ, ਨੋ ਕਾਰਪੋਰੇਟ ਵੈਲਫੇਅਰ, ਮੇਕਿੰਗ ਸ਼ੋਰ ਦੈਟ ਯੂਰ ਟੈਕਸ ਮਨੀ ਇਜ਼ ਯੂਜ਼ਡ ਫੋਰ ਦ ਰਾਈਟ ਥਿੰਗਸ, ਐਂਡ ਦੈਟ ਇਜ਼ ਵਾਟ ਦ ਕੰਜ਼ਰਵੇਟਿਵਸ ਇਜ਼, ਵਿਚ ਆਈ ਲਾਈਕਡ ਇਟ ਆਲਵੇਜ਼। ਸੋ ਦੇਰ ਆਰ ਗੁੱਡ ਥਿੰਗਸ ਇਨ ਲਿਬਰਲਸ, ਗੁੱਡ ਥਿੰਗ ਇਨ ਕੰਜ਼ਰਵੇਟਿਵਸ,
I didn't have that option ke main ek baar idhar rakha dekh baar udhar rakha, so I picked up liberals because that was more, they more resonated me. But now with this People's Party coming on board, Maxime Bernier, who is our leader, he gave a platform which has got best of both. It has got the best of the liberal values, it has got the best of the conservatives. Baljit ji, tusi kafi policies jehdiyan hegiyan unhan nu khol ditta, so main one by one ਉਹਨਾਂ ਪਾਲਸੀਜ਼ ਨੂੰ ਤੁਹਾਡੇ ਨਾਲ ਡਿਟੇਲ ਡਿਸਕਸ ਕਰ ਸਕਾਂ ਤਾਂ ਕਿ ਸਾਡੇ ਵਿਊਅਰਸ ਜਿਹੜੇ ਹੈਗੇ ਆ ਉਹ ਤੁਹਾਡੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਣ। ਸੋ ਜੇ ਆਪਾਂ ਤਿੰਨ ਇੰਪੋਰਟੈਂਟ ਪਾਲਸੀਜ਼ ਪੀਪਲਸ ਪਾਰਟੀ ਆਫ ਕੈਨੇਡਾ ਦੀਆਂ ਚੂਜ਼ ਕਰਨੀਆਂ ਹੋਣ ਕਿ ਆਪਾਂ ਅੱਜ ਪਹਿਲਾਂ ਉਹ ਡਿਸਕਸ ਕਰਨੀਆਂ ਚਾਹੁੰਦੇ ਹਾਂ, ਆਪਾਂ ਹੋਰ ਵੀ ਕਰਾਂਗੇ, ਪਰ ਤੁਸੀਂ ਕਿਹੜੀਆਂ ਤਿੰਨ ਪਾਲਿਸੀਜ਼ ਨੂੰ ਸਮਝਦੇ ਹੋ ਕਿ ਇਹ ਡਿਸਟਿੰਕਟ ਪਾਲਿਸੀਜ਼ ਨੇ, ਇਹਨਾਂ ਕਰਕੇ ਪੀਪਲਸ ਪਾਰਟੀ ਆਫ ਕੈਨੇਡਾ ਸਪੈਸ਼ਲ ਪਾਰਟੀ ਹੈ? ਸੋ ਤੁਸੀਂ ਇਹ ਦੱਸੋ, ਸਿਰਫ ਤੁਸੀਂ ਨੇਮ ਕਰੋ, ਫਿਰ ਆਪਾਂ ਵਨ ਬਾਈ ਵਨ ਉਹਨਾਂ 'ਤੇ ਜਾਵਾਂਗੇ। ਸੋ ਇੱਕ ਤਾਂ ਸਾਰਿਆਂ ਨਾਲ ਜਿਹੜਾ ਹੈਗਾ, ਐਜ਼ ਵੀ ਨੋ ਇਟ, ਇਮੀਗ੍ਰੇਸ਼ਨ ਇਜ਼ ਦ ਮੋਸਟ ਟਾਕਡ ਐਂਡ ਇਟਸ ਬਿਗ ਐਲੀਫੈਂਟ ਇਨ ਦ ਰੂਮ, ਐਂਡ ਐਨੀਬਡੀ ਹੂ ਸੇਜ਼ ਇਮੀਗ੍ਰੇਸ਼ਨ ਇਟ ਆਲਵੇਜ਼ ਰੇਜ਼ਸ ਦ ਟੈਂਟੀਕਲਸ ਐਂਡ ਸੋ ਔਨ। ਸੋ ਇਮੀਗ੍ਰੇਸ਼ਨ ਇਜ਼ ਵਨ ਥਿੰਗ, ਐਂਡ ਵੀ ਆਰ ਕਾਲਿੰਗ ਆਰਸੈਲਫ ਐਜ਼ ਐਨ ਇਮੀਗ੍ਰੈਂਟ ਫਰੈਂਡਲੀ, ਵਿਚ ਮੀਨਸ ਇਮੀਗ੍ਰੇਸ਼ਨ ਨੀਡਸ ਟੂ ਬੀ ਰਿਫੋਰਮ, ਐਂਡ ਦ ਰਿਫੋਰਮ ਰਿਫੋਰਮ ਮੀਨਸ ਦੈਟ ਇਟ ਹੈਜ਼ ਟੂ ਗੋ ਬੈਕ ਟੂ ਦ ਲੈਵਲਸ ਵਿਚ ਕੈਨੇਡਾ ਕੈਨ ਸਸਟੇਨ, ਕੈਨੇਡਾ ਕੈਨ ਪ੍ਰੋਵਾਈਡ ਸਿਮੂਲੇਸ਼ਨ, ਕੈਨੇਡਾ ਕੈਨ ਪ੍ਰੋਵਾਈਡ ਇੰਟੀਗ੍ਰੇਸ਼ਨ ਟੂ ਐਨੀ ਵਨ ਹੂ ਇਜ਼ ਕਮਿੰਗ ਟੂ ਕੈਨੇਡਾ। ਸੋ ਕੈਨੇਡਾ ਸਟਿਲ ਕੰਸਿਡਰ ਐਜ਼ ਦ ਲੈਂਡ ਆਫ ਓਪਰਚੁਨਿਟੀਜ਼, ਨੋਟ ਜਸਟ ਦੈਟ ਬਟ ਐਕਚੁਲੀ ਪ੍ਰੋਵਾਈਡਿੰਗ ਓਪਰਚੁਨਿਟੀਜ਼ ਟੂ ਦ ਪੀਪਲ ਦੋਜ਼ ਹੂ ਆਰ ਕਮਿੰਗ ਹੇਅਰ ਐਜ਼ ਇਮੀਗ੍ਰੈਂਟਸ। ਲੈਟਸ ਟਾਕ ਫੈਕਟਸ, ਦੈਟਸ ਵਨ, ਯਾ। ਸੋ ਲੈਟਸ ਟਾਕ ਫੈਕਟਸ ਅਬਾਊਟ ਇਮੀਗ੍ਰੇਸ਼ਨ ਐਂਡ ਦੈਨ ਵਿਲ ਕਮ ਟੂ ਦ ਅਦਰਸ। ਯੈਸ। ਸੋ ਜੇ ਆਪਾਂ ਦੇਖੀਏ, ਲਾਸਟ ਈਅਰ ਲਗਭਗ 3 ਲੱਖ ਲੋਕਾਂ ਤੋਂ ਵੱਧ ਲੋਕ ਜਿਹੜੇ ਨੇ ਉਹ ਕੈਨੇਡਾ 'ਚ ਆਏ। ਆਲਮੋਸਟ ਜਿਹੜੇ ਨੰਬਰਸ ਹੈਗੇ ਆ, ਦੈਟ ਇਜ਼ ਓਵਰ 1 ਮਿਲੀਅਨ ਫਰੋਮ ਡਿਫਰੈਂਟ ਸਟਰੀਮਸ। 3,40,350 ਜਿਹੜੇ ਸੀ ਐਕਚੁਅਲ ਇਮੀਗ੍ਰੈਂਟ ਸੀਗੇ, ਪਲੱਸ ਸਟੂਡੈਂਟਸ ਜਿਹੜੇ ਸੀ ਅਬਾਊਟ 4 ਲੱਖ ਤੋਂ ਉੱਪਰ ਸਟੂਡੈਂਟ ਹੈਗੇ ਆ, ਪਲੱਸ ਰੈਫਿਊਜੀਜ਼ ਹੈਗੇ ਆ। ਟੋਟਲ ਕਰਕੇ ਜਿਹੜੀ ਨੰਬਰਸ ਆਫ ਜਿਹੜੇ CBSA ਦੇ ਨੰਬਰਸ ਹੈਗੇ ਆ ਜਾਂ ਇਮੀਗ੍ਰੇਸ਼ਨ ਮਿਨਿਸਟਰੀ ਦੇ ਨੰਬਰ ਹੈਗੇ ਆ, ਦੇ ਆਰ ਓਵਰ 1 ਮਿਲੀਅਨ ਪੀਪਲ ਹੈਵ ਕਮ ਇਨ ਕੈਨੇਡਾ ਲਾਸਟ ਈਅਰ। ਸੋ ਆਪਾਂ ਉਸ 1 ਮਿਲੀਅਨ ਜਾਂ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਘਟਾ ਕੇ ਕਿੰਨਾ ਨੰਬਰ ਮੈਕਸਿਮ ਬਰਨੀਏ ਦੀ ਪਾਰਟੀ ਪੀਪਲਸ ਪਾਰਟੀ ਆਫ ਕੈਨੇਡਾ ਲੈ ਕੇ ਆਏਗੀ? ਸੋ ਮਿਲੀਅਨ ਨਹੀਂ ਘਟਾਉਣਾ ਹੈਗਾ, ਜਿਹੜੀ ਸਟੂਡੈਂਟ ਸਟਰੀਮ ਹੈ ਉਹ ਸਟੂਡੈਂਟ ਸਟਰੀਮ ਰਹੇਗੀ, ਉਹਦਾ ਦੈਟ ਇਜ਼ ਡਿਫਰੈਂਟ। ਜਿਹੜੇ ਰੈਫਿਊਜੀ ਹੈਗੀ ਆ ਉਹਦਾ ਅਲੱਗ ਸਟਰੀਮ ਹੈਗੀ ਆ, ਦੈਟ ਇਜ਼ ਡਿਫਰੈਂਟ। ਦੇ ਆਰ ਨੋਟ ਬੀ ਦੇ ਆਰ ਨੋਟ ਅਕਾਊਂਟਡ ਅੰਡਰ ਦ ਇਮੀਗ੍ਰੇਸ਼ਨ ਪਾਲਿਸੀ ਵੈਨ ਵੀ ਆਰ ਸੇਇੰਗ ਦ 150 ਇਮੀਗ੍ਰੈਂਟਸ। 150 ਇਮੀਗ੍ਰੈਂਟਸ ਜਿਹੜੀ ਲਿਮਿਟ ਅਸੀਂ ਰੱਖ ਰਹੇ ਹਾਂ, ਜਿਹੜੀ ਇਹ ਲਿਬਰਲਸ ਔਰ ਕੰਜ਼ਰਵੇਟਿਵਸ ਜਾਂ ਬਾਕੀ ਦੀਆਂ ਪਾਰਟੀਜ਼ ਕਰ ਰਹੀਆਂ ਸੀ, 3,70,000 ਕਰਨੀ ਆ, ਵਿਚ ਦੇ ਆਰ ਮੇਕਿੰਗ ਇਟ ਈਕੁਅਲ ਟੂ 1% ਆਫ ਦ ਟੋਟਲ ਪਾਪੂਲੇਸ਼ਨ ਵਿਚ ਇਜ਼ 37 ਮਿਲੀਅਨ ਐਜ਼ ਆਫ ਕੈਨੇਡਾ ਐਜ਼ ਆਫ ਟੂਡੇ। ਸੋ ਦੇ ਆਰ ਸੇਇੰਗ ਵੀ ਆਰ ਗੋਇੰਗ ਟੂ ਬ੍ਰਿੰਗ 370,000 ਪੀਪਲ ਇਨ ਦਿਸ ਈਅਰ, ਬਿਕੋਜ਼ ਹੁਣ 37 ਹੈਗੀ, ਇਹਦਾ ਮਤਲਬ ਅਗਲੇ ਸਾਲ ਜਦੋਂ 40 ਹੋਣੀ ਆ, ਦੈਨ ਦੇ ਹੈਵ 400,000, ਜਦੋਂ ਉਹਨੂੰ ਅੱਗੇ ਹੋਰ ਵਧਣੀ ਆ, ਇਟਸ ਗੋਇੰ ਟੂ ਗੋ ਇਨਕਰੀਜ਼ ਐਂਡ ਇਨਕਰੀਜ਼। ਬਟ ਇਫ ਵੀ ਸੀ ਦ ਰਿਐਲਿਟੀ ਆਫ ਇਟ, ਜਦੋਂ ਤੁਸੀਂ ਇੰਨੇ ਸਾਰੇ ਅਗਰ ਇਮੀਗ੍ਰੈਂਟਸ ਨੂੰ ਬੁਲਾਉਂਦੇ ਹੋ, ਫਰੋਮ ਦੈਟ ਜਿਹੜੇ ਅੱਜ ਦੇ ਨੰਬਰ ਹੈਗੇ ਆ, ਐਂਡ ਦੀਜ਼ ਆਰ ਨੋਟ ਮਾਈ ਪੋਲੀਟੀਕਲ ਨੰਬਰਸ, ਦੀਜ਼ ਆਰ ਦ ਨੰਬਰਸ ਬਾਏ ਦ ਇਮੀਗ੍ਰੇਸ਼ਨ ਡਿਪਾਰਟਮੈਂਟ, ਦੇਰ ਆਰ ਓਨਲੀ 24% ਆਫ ਦ ਇਮੀਗ੍ਰੈਂਟਸ ਵਿਚ ਆਰ ਇਕਨੋਮਿਕਲ ਇਮੀਗ੍ਰੈਂਟਸ, ਬਾਕੀ ਸਾਰੇ, ਐਂਡ ਇਟਸ ਨੋਟ ਐਨੀਥਿੰਗ ਰੋਂਗ ਵਿਦ ਇਟ, ਬਟ ਦ ਨੰਬਰ ਇਜ਼ ਟੂ ਲੋ ਵੈਨ ਇਟ ਕਮਸ ਟੂ ਇਕਨੋਮਿਕ ਇਮੀਗ੍ਰੇਸ਼ਨ। ਜੇ ਤੁਹਾਡੇ ਲੀਡਰ ਦੀਆਂ ਪਾਲਿਸੀਜ਼ ਨੂੰ ਆਪਾਂ ਦੇਖੀਏ, ਤਾਂ ਮੈਨੂੰ ਕਿਤੇ ਲੱਗਦਾ ਕਿ ਉਹ ਇਹ ਵੀ ਫੀਲ ਕਰਦੇ ਕਿ ਜਿਹੜੇ ਪੇਰੈਂਟਸ ਆਉਂਦੇ ਨੇ, ਗ੍ਰੈਂਡ ਪੇਰੈਂਟਸ ਆਉਂਦੇ ਨੇ ਜਾਂ ਡਿਪੈਂਡੈਂਟਸ ਆਉਂਦੇ ਨੇ, ਉਹ ਇਸ ਤੋਂ ਵੀ ਖੁਸ਼ ਨੇਗੇ। ਪਰ this is where I will stop. Those okay. are the numbers which goes into that extra million. So this is 370 or 150 is purely economic immigrants. The person who is applying as saying it, okay, main ethe aana chahna hai, ode piche family hai gi, ode piche agar 3 bache hai gaya to automatically 25% ho gaya sidha hi, ya 2 bache hai gaya, ek husband wife. So ki aane nahi chahide? No, they are all part of it, and that's what we are saying. Jehde tuhade parents hai gaye jinna nu tuhanu grow kita hai, jinna ne tuhanu us level te pahunchaya that Canada is ready to accept you, we have got no problems with it. They will follow up, but there is a process for that, and we are not even discussing that. Immigration policy is to limit the first person, the first immigrant who is coming here, that number from 24% of the total immigrants coming here as economic immigrants, we want to bring that to 50% of that, anyone, any immigrant coming after that, their parents are following, their things are following, that goes overflow of the immigration policy, that is not account of it. And this is where people, they need to understand, we are not saying parents nahi aane chahiye, family nahi aane chahiye, unade bacche nahi aane chahiye, no, they are part of, that's the family, they all have to be there. But now let's talk of the other side of it, which is the refugees.
which needs a full reform right now. Because right now what is happening, there are almost 50,000 refugees. They have crossed across the border from US, which is a safe country to a safe country. There is no port of entry. There is no officer over there. RCMP is being kept over there. That means we are paying almost $2 to $3 million right now of just to handle the people crossing from that border, because we don't have CBSA officers sitting on that place to process their cases right then and there. Those are the loopholes that they need to be shut down. They need to be reformed. And this is what Maxime Bernier is standing very strong on this policy, that Canada needs to be stronger. You cannot just get the dictation from UN Council by saying, okay, inne refugee le aao, assi kya chalo ji chalo natto natto. Canada had been the number one country to accept the number of refugees in last year, or in last 2 years, in fact. Yes. Why the other countries have been stopping? Nobody's saying that other countries are against refugees. No, they are taking it, but they are accepting it to a level where it actually makes sense that, yes, this person needs to be a refugee. Now, 40% of those refugees which have crossed or illegal crossing on the U.S. border, 40% of them will need to be sent back. There is no refugee case that comes against them. That means the government will be spending millions of dollars for next 3 years on those 40% of the refugees. If you talk 50,000 since 2017 and 18, multiply the numbers. That's a burden on the taxpayer. So when you're talking of this whole immigration policy, it's not just from the people coming in, it's the taxpayer going on that, it's the system burden on it. Now, those are things also delaying the actual economic immigrants, those who want to come here. Ek banda utthe baitha hoya jide kol engineer di degree hai, ohde kol skills hai, ya koi carpenter hai, koi cook hai, koi sare, they are waiting there in the line, and their cases are being pushed back because refugee case has to be processed first. So that means Canada is facing crisis here for employers, whereas they are not getting those things done. Baljeet ji, apa immigration da discuss kita, main tonu tin puchhe sige hun second toda main platform jada immigration to baad ki hai jo apa aaj discuss kariye. So second jada si sar nalo jada strong khade jide vich Maxime Bernier nu assi kehne vi he's fiscally conservative, and that is abolishing the supply management system. ਹੁਣ ਹਰ ਕਿਸੇ ਨੂੰ ਨੋਰਮਲੀ ਨਹੀਂ ਪਤਾ ਸਪਲਾਈ ਮੈਨੇਜਮੈਂਟ ਕੀ ਹੁੰਦਾ, ਬੜੀ ਸਿੰਪਲ ਜੀ ਗੱਲ ਹੈ, ਹਰ ਘਰ ਦੇ ਵਿੱਚ ਸਵੇਰੇ ਅੰਡਾ, ਦੁੱਧ, ਬ੍ਰੈਡ, ਇਹ ਚੀਜ਼ ਆਉਂਦੀ ਹੈਗੀ ਆ ਹਰ ਘਰ ਦੇ ਵਿੱਚ. ਠੀਕ ਹੈ, ਜਿਹੜੇ ਵੈਜੀਟੇਰੀਅਨ ਹੈਗੇ ਮੇਰੇ ਵਰਗੇ, ਅਸੀਂ ਨਹੀਂ ਕਰੀਦਾ, ਬਟ ਮੈਜੋਰਿਟੀ ਆਫ ਇਟ, ਐਵਰੀ ਹਾਊਸ ਹੋਲਡ ਸਟਾਰਟਸ ਵਿਦ ਮਿਲਕ, ਐਗ, ਪੋਲਟਰੀ. ਦੈਟ ਥਿੰਗ ਟੂਡੇ ਵੀ ਆਰ ਪੇਇੰਗ 475 ਫੋਰ ਮਿਲਕ ਕਾਰਟਨ, ਵੀ ਆਰ ਪੇਇੰਗ 375 ਫੋਰ ਦਾ ਐਗ ਕਾਰਟਨ. The actual cost, if I may say, it may not sound true, it is actually $125 to $175. That means we are already paying three times of the price that is should be paid by a consumer. The edge problem ki hai apna, ek ki ho raha hai, koi cartels bane ne, koi government unhon support kar rahi hai, it's ya apna conservative party bhi ye kehndi hai ki assi jadon aawange assi food guide vi review karange, kyunki ohde ch milk, eggs nu ni importance nahi ditti gayi, something like that. So ਇਹ ਮਾਜਰਾ ਕੀ ਹੈ? ਇਹ ਜਦੋਂ ਕੰਜ਼ਰਵੇਟਿਵ ਮੈਂ ਗੱਲ ਬਾਅਦ ਕਰਦਾ, ਬਿਕੋਜ਼ ਦੇ ਆਰ ਨੋਟ ਇਵਨ ਸਟੈਂਡਿੰਗ ਫੋਰ ਇਟ, ਵੇਅਰ ਇਜ਼ ਦੈਟ ਇਜ਼ ਵਾਟ ਵਾਜ਼ ਦਾ ਮੇਨ ਪਲੈਟਫਾਰਮ ਆਫ ਕੰਜ਼ਰਵੇਟਿਵਸ ਐਟ ਗਿਵਨ ਪਰਟੀਕੁਲਰ ਐਟ ਅ ਪਰਟੀਕੁਲਰ ਪੁਆਇੰਟ. ਰਾਈਟ ਨਾਓ ਬੋਥ ਦ ਪਾਰਟੀਜ਼, ਲਿਬਰਲਸ ਐਂਡ ਕੰਜ਼ਰਵੇਟਿਵਸ, ਦੇ ਆਰ ਸਪੋਰਟਿੰਗ ਦਿਸ ਕਾਰਟਲ, ਵਿਚ ਇਜ਼ ਐਕਚੁਲੀ ਦੇਰ ਆਰ ਓਨਲੀ ਅਬਾਊਟ 19,000 ਸਪਲਾਇਰ, ਸੋ ਕਾਲਡ ਆਰ ਦ ਕੰਪਨੀਜ਼ ਆਰ ਦ ਕਾਰਪੋਰੇਸ਼ਨਸ, ਦੋਜ਼ ਹੂ ਹੈਵ ਦਿਸ ਕੋਟਾ ਵਿਦ ਦੈਮ. ਦ ਅਕੋਰਡਿੰਗ ਟੂ ਦ ਕੋਟਾ, ਜਿਹੜੇ ਪ੍ਰੋਡਿਊਸਰਸ ਹੈਗੇ, ਜਿਹੜੇ ਸਾਡੇ ਫਾਰਮਰਸ ਆ, ਪ੍ਰੋਡਿਊਸਰਸ ਹੈਗੇ ਆ, ਜਿਹੜੇ ਸਾਡੇ ਜਿਨ੍ਹਾਂ ਦੇ ਐਕਚੁਅਲ ਐਗ, ਮਿਲਕ ਵਗੈਰਾ ਪ੍ਰੋਡਿਊਸ ਕਰਦੇ ਆ, they have to sell their product with certain limitations to only these companies, and these companies then they do their, you know, processing, pasteurizing of the milk, which we don't need it. Canadian milk is way better than a pasteurized milk, believe me, this is scientifically proven. But because those companies, they want to have their profits, and the profits they go, that goes back in one way or the other in some sort of a, you know, should not say it, it's politically incorrect, but yes, parties, they do get benefited with those ones. Maxime Bernier stood totally against it, and that is the reason why he ended up losing
the leadership race of conservatives by under 1%. So ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਦੀ ਰੇਸ ਸੀ ਉਹਦੇ ਵਿੱਚ ਐਂਡਰੂ ਸ਼ੀਅਰ ਨੂੰ ਉਸ ਲੌਬੀ ਨੇ ਸਪੋਰਟ ਕੀਤਾ? Yes, 100% ਲੌਬੀ ਨੇ ਸਪੋਰਟ ਕੀਤਾ. ਹਾਰਪਰ ਵਾਸ ਸਟੈਂਡਿੰਗ ਰਾਈਟ ਥੇਅਰ ਐਂਡ ਦਿਸ ਇਜ਼ ਵਾਟ ਹੈਪਨ ਐਟ ਦ ਲਾਸਟ ਮਿਨਟ ਐਂਡ ਹੀ ਲੌਸਟ ਬਾਈ 1%. ਇਮੇਜਿਨ 1% ਲੌਸ ਫਾਰ ਦ ਲੀਡਰਸ਼ਿਪ ਇਜ਼ ਨਾਟ ਅ ਲੌਸ. ਇਟ ਵਾਸ 49.3 versus 50.7, something like that. It was under 1% or under 2% loss for the leadership. So imagine if Maxime Bernier would have won that race, this party would have not existed. But I would say Canadians are fortunate that he lost it. And Canadians are having this option now where someone is standing for Canada, someone is standing for Canadians. He's standing to make sure that we take care of our Canada first before we do anything else. But Biljit ji, question ithe Maxime Bernier di leadership dete e hor paida ho janda ki je oh party de vich hi rehnde te almost half party unna di support de vich si aur oh party de andar democratic tarike de nal jehda hega fight karde. Aj je oh even je apa polls vekhiye ta polls jehde 3-4-5% ਜਿਹੜੇ ਲੋਕ ਆ ਉਹਨਾਂ ਨੂੰ ਸਪੋਰਟ ਕਰ ਰਹੇ ਆ ਔਰ ਉਹੀ 5% ਵੋਟ ਦੇ ਨਾਲ ਪੋਸੀਬਿਲਟੀ ਇਸ ਗੱਲ ਦੀ ਹੈਗੀ ਆ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹ ਲੂਜ਼ ਕਰ ਜੇ ਐਂਡ ਜਸਟਿਨ ਟਰੂਡੋ ਜਿਹੜੇ ਨੇ ਉਹ ਦੁਬਾਰਾ ਪ੍ਰਾਈਮ ਮਿਨਿਸਟਰ ਬਣ ਜਾਣ। ਡੋਂਟ ਯੂ ਥਿੰਕ ਕਿ ਉਹ ਇੱਕ ਸਮਾਰਟ ਮੂਵ ਹੁੰਦੀ ਕਿ ਉਹ ਅੰਦਰ ਰਹਿ ਕੇ ਪਾਰਟੀ ਦੇ ਅੰਦਰ ਡੈਮੋਕ੍ਰੈਟਿਕਲੀ ਫਾਈਟ ਕਰਦੇ ਇਹਨਾਂ ਕਾਰਟਲਸ ਨੂੰ? ਸਰ ਡੈਮੋਕ੍ਰੈਟਿਕ ਜਿਹੜਾ ਪ੍ਰੋਸੈਸ ਹੈ ਉਹਦਾ ਬੈਨੀਫਿਟ ਇਹ ਹੈਗਾ ਦੈਟ ਯੂ ਡੋਂਟ ਯੂ ਕੈਨ ਡੂ ਵਟ ਯੂ ਵਾਂਟ ਐਂਡ ਵਟ ਯੂ ਫੀਲ ਲਾਈਕ ਐਂਡ ਦਿਸ ਇਜ਼ ਵਟ ਆਈ ਆਲਸੋ ਕਮ ਵਿਦ ਦਿਸ। Maxime Bernier is a, when he spoke of something, he spoke of his mind, he spoke of his heart, and the values that they came out were very authentic. He's a very seasoned politician. His father was in conservative for like 3 times he won the seat, and now last 3 times he was winning it. So it's a politics is in his blood, I would say. He has inherited those skills. When he thought of forming a party, he did not think of breaking any rules or breaking any laws or breaking anything that okay party jadi split ho jani hai or the vote da ho jani hai andar reh kar sada. There was these things were going on for quite a while. Even when he was there with the Harper, he was considered with the best immigration minister, the only minister that used to go to airports, to CBSA, to the border and ask at midnight at 2 o'clock. I have heard, because I'm an immigration consultant also, I go to the border and people have said, the CBSA officers, they mentioned that Maxime Bernier was the only minister that used to come to the airport and ask them, do you guys have any problems? He was the one who used to be there. He's a hands-on person. He works at the ground, at the grassroots level. ਇੱਥੇ ਮੇਰਾ ਕੁਐਸਚਨ ਫਿਰ ਹੋਰ ਸਟਰੋਂਗ ਹੋ ਜਾਂਦਾ ਕਿ ਜੇ ਉਹ ਮਿਸਟਰ ਐਂਡਰੂ ਸ਼ੀਅਰ ਦੇ ਨਾਲ ਮਿਲ ਕੇ ਕੰਮ ਕਰਦੇ ਔਰ ਜੇ ਪੋਸੀਬਲੀ ਇੱਕ ਕੰਜ਼ਰਵੇਟਿਵ ਗਵਰਨਮੈਂਟ ਬਣਦੀ ਔਰ ਉਹਨਾਂ ਕੋਲ ਕੋਈ ਬਹੁਤ ਇੰਪੋਰਟੈਂਟ ਪੋਰਟਫੋਲੀਓ ਹੁੰਦਾ ਕਿਉਂਕਿ ਉਹਨਾਂ ਦੇ ਪਿੱਛੇ ਵੀ ਹਾਫ ਪਾਰਟੀ ਸੀ ਤੇ ਉਹ ਜ਼ਿਆਦਾ ਵਧੀਆ ਚੇਂਜਸ ਲਿਆ ਸਕਦੇ ਸਨ। ਇਹ ਹੁਣ ਜੋ ਉਹਨਾਂ ਨੇ ਡਿਸੀਜਨ ਲਿੱਤਾ ਹੈ, ਆਈ ਰਿਸਪੈਕਟ ਦੈਟ ਡਿਸੀਜਨ ਐਂਡ ਆਈ ਐਮ ਨਾਟ ਗੋਇੰਗ ਟੂ ਗੋ ਮਚ ਮੋਰ ਇਨਟੂ ਡੀਟੇਲਸ, ਬਟ ਦਿਸ ਵਾਸ ਨਾਟ ਦ ਓਨਲੀ ਥਿੰਗ। ਦ ਅਦਰ ਵਨ ਪਾਰਟ ਵਾਸ ਦ ਕਾਰਬਨ ਟੈਕਸ ਆਲਸੋ। Andrew Scheer would not go down on this thing ke nahi asi carbon tax abolish karna hai. He is still favoring carbon tax. So basically he is going towards again liberals. Unko kya corporate welfare khatam karna hai? Andrew Scheer is not saying anything about the corporate tax also or corporate welfare. He is still saying it. So he is basically again becoming another liberal. So it was not just one policy for which he went out. There were platform. There was a whole platform that he wanted to bring to the conservatives, and conservatives, or when Andrew Scheer won, there were big differences and conservatives just won't budge even a bit. So being a black sheep in all the whole thing, it's better, he says, you know what, I'm going to stand for Canadians. He took a very bold step, and within a year, like we are going to have our anniversary in a couple of days for this party to be 1 year old party, or 1 year, I would say 1 year young party, we have got 318 candidates all across. Jitjo 278 ya kuch number aaj sweer aaya, I don't have that exact number, are the declared candidates. The party that has got the largest voter bank now, we got 42,000, over 42,000 members in this party. So today, I think people were looking for it. Canadians were looking for a change. They wanted to this, you know, I call it like a two sides of the same fake coin. One side is liberal, one side is conservatives. Ek aa gaya, ek ho gaya. We never had a choice. Now we have a choice, of People's Party of Canada, Maxime Bernier, who talks authentic, who talks of people, who talks of Canada first. Biljit ji, hun apan teesra topic jehda hai ga, oh
ਪੀਪਲਸ ਪਾਰਟੀ ਆਫ ਕੈਨੇਡਾ ਦਾ ਮੇਨ ਥਰਡ ਇਸ਼ੂ ਜਿਹੜਾ ਪਲੇਟਫਾਰਮ ਤੁਹਾਡੇ ਮੁਤਾਬਕ ਕੀ ਹੈ? ਦੈਟ ਇਜ਼ ਐਕਚੁਅਲੀ ਅਫੋਰਡੇਬਿਲਿਟੀ. Affordability. Affordability. ਤੁਸੀਂ ਹਾਊਸ ਅਫੋਰਡੇਬਿਲਿਟੀ ਦੀ ਗੱਲ ਕਰ ਰਹੇ ਹੋ? ਅਫੋਰਡੇਬਿਲਿਟੀ ਓਵਰਆਲ. 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 ਵੈਨ ਇਟ ਕਮਸ ਡਾਊਨ ਟੂ ਯੋਰ ਟੈਕਸਿਸ, ਵੈਨ ਯੂ ਆਰ ਪੇਇੰਗ ਦ ਟੈਕਸਿਸ, ਵੈਨ ਯੂ ਕਮ ਡਾਊਨ ਟੂ ਯੋਰ ਇਨਕਮ ਟੈਕਸ ਔਰ ਕਾਰਪੋਰੇਟ ਟੈਕਸ ਔਰ ਡਾਊਨ ਟੂ ਦ ਹਾਊਸਿੰਗ ਆਲਸੋ ਔਰ ਯੋਰ ਵੀ ਕਾਲ ਇਟ ਸਟੈਂਡਰਡ ਆਫ ਲਿਵਿੰਗ. Okay. Right? So this whole thing encompasses in one, when you have more money in your pocket and government does not interfere in your day-to-day life, the affordability or your standard of living automatically raises, which used to be the case. If we see it today, conservatives, they're always talking of cuts, cuts, cuts. We have seen it. And I'm not saying, okay, federally or provincially, but now... Baljeet ji, I'll cut yep. you short here. Main tonu question A puchna chahunga ki tusi eh dasso ki agar ਕੋਈ ਰੋਲ ਜਿਹੜਾ ਹੈਗਾ ਪੀਪਲਸ ਪਾਰਟੀ ਆਫ ਕੈਨੇਡਾ ਨੂੰ ਸਰਕਾਰ ਬਣਾਉਣ 'ਚ, ਮੈਂ ਸਿੱਧੇ ਰੂਪ 'ਚ ਤਾਂ ਨਹੀਂ ਦੇਖਦਾ ਕਿ ਵੀ ਉਹਨਾਂ ਦੀ ਆਪਣੀ ਸਰਕਾਰ ਬਣੇਗੀ, ਕਿਉਂਕਿ ਪੋਲਸ ਨੰਬਰ ਜਿਹੜੇ ਆ ਉਹ ਕਿਤੇ ਵੀ ਇਸ ਤਰ੍ਹਾਂ ਦੇ ਸ਼ੋਅ ਨਹੀਂ ਹੁੰਦੇ, ਪਰ ਕਈ ਵਾਰ ਇਹ ਪੋਸੀਬਿਲਿਟੀ ਹੋ ਸਕਦੀ ਹੈ ਕਿ ਇੱਕ ਦੂਸਰੀ ਪਾਰਟੀ ਦੇ ਨਾਲ ਰਲ ਕੇ ਕੁਝ ਕੰਮ ਉਹ ਕਰ ਸਕਦੇ ਹੋਣ. ਸੋ ਜੇ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਆਉਂਦੀ ਹੈ ਤਾਂ ਤੁਸੀਂ ਕੀ ਟੈਕਸ ਰਿਫੋਰਮਸ ਕਰੋਗੇ, ਕਿਹੜੀਆਂ ਤਬਦੀਲੀਆਂ ਲਿਆਓਗੇ ਕਿ ਆਹ ਅਸੀਂ ਪਿਛਲਾ ਇੰਜ ਹੈ ਅਸੀਂ ਇਹਨੂੰ ਇੰਜ ਬਦਲਾਂਗੇ, ਆਹ ਇੰਜ ਹੈ ਇਹਨੂੰ ਅਸੀਂ ਇੰਜ ਬਦਲਾਂਗੇ? ਕੀ ਤੁਸੀਂ ਕੁਝ ਚੀਜ਼ਾਂ ਸਾਡੇ ਦਰਸ਼ਕਾਂ ਲਈ ਮੈਂਸ਼ਨ ਕਰ ਸਕਦੇ ਹੋ? ਬੜੇ ਸਿੰਪਲ ਦੋ ਚੀਜ਼ਾਂ ਹੈਗੀਆਂ ਆ. ਅਗਰ ਕਿਸੇ ਵੀ ਪਾਰਟੀ ਦੇ ਨਾਲ, ਪਹਿਲੀ ਗੱਲ ਤਾਂ ਅਸੀਂ ਸੋਚ ਰਹੇ ਹਾਂ ਵੀ ਮਾਈਨੋਰਟੀ ਗਵਰਨਮੈਂਟ ਸਾਡੀ ਆ ਸਕਦੀ ਹੈ ਐਂਡ ਪੀਪਲ ਵਿਲ ਬੀ ਆਸਕਿੰਗ ਅਸ ਹਾਂਜੀ ਤੂੰ ਤੁਹਾਨੂੰ ਕੀ ਚਾਹੀਦਾ ਹੈਗਾ, ਬਟ ਐਨੀਵੇ ਵਟ ਐਵਰ ਇਟ ਇਜ਼ ਲੈਟਸ ਕਮ ਡਾਊਨ ਟੂ ਦ ਰਿਐਲਿਟੀ ਆਫ ਇਟ. ਇੱਕ ਸਿੰਪਲ ਟੈਕਸਿਸ ਜਿਹੜੇ ਆ ਪਰਸਨਲ ਟੈਕਸਿਸ, ਵੀ ਵਿਲ ਮੇਕ ਇਟ ਵੈਰੀ ਸਿੰਪਲ ਐਂਡ ਸਟ੍ਰੇਟ ਫਾਰਵਰਡ. ਫਰੋਮ 15,000 ਟੂ 100,000 ਇਟਸ 15% ਟੈਕਸ ਐਂਡ 100,000 ਆਨਵਰਡ ਇਜ਼ 25% ਟੈਕਸ. ਸੋ ਓਨਲੀ ਟੂ ਬ੍ਰੈਕਟਸ ਆਫ ਟੈਕਸਿਸ, ਨੋ ਕੰਪਲੈਕਸ ਟੈਕਸ ਸਿਸਟਮਸ ਐਂਡ ਸੋ ਔਨ. ਯੂ ਡੋਂਟ ਹੈਵ ਟੂ ਪੇ ਮਚ ਟੂ ਯੋਰ ਅਕਾਊਂਟੈਂਟਸ ਐਂਡ ਸੋ ਔਨ, ਸੋ ਯੂ ਪੁੱਟ ਮੋਰ ਮਨੀ ਇਨ ਟੂ ਯੋਰ ਪਾਕਟ. ਸੋ ਇਨ ਸਿੰਪਲ 70,000 ਪਰਸਨ ਮੇਕਿੰਗ ਅ ਸੈਲਰੀ ਵੁੱਡ ਸੇਵ ਆਲਮੋਸਟ ਕਲੋਜ਼ ਟੂ $3,000 ਅ ਈਅਰ ਜਸਟ ਬਾਈ ਦਿਸ ਸਿੰਗਲ ਟੈਕਸ ਸਿਸਟਮ. On the other side, the corporate, if you are an entrepreneur, which we are, most of us are, we are all self-employed, whether you are a self-employed with just one Uber driver or you are a company like a SNC-Lavalin, 10% flat tax across the board. And the key on this one is no corporate welfare. In other words, all these big money going on, for example, like now Mr. Trudeau ended up saying $600 million for media, where CBC is getting a huge thing. They are basically buying votes and buying media. You don't need to interfere in people's life or the media. Let media be non-biased. When you are putting subsidies, when you are giving them money, the biasness comes automatically. It's given. It's human nature. You can't just avoid it. And Mr. Trudeau has done that very, very well. Baljeet ji, apa main thing issue discuss ki the. Let's hun apa gal kariye Brampton bare. ਬਰੈਂਪਟਨ ਦੇ ਵਿੱਚ ਹਸਪਤਾਲਾਂ ਦੀ ਹਾਲਤ ਖਰਾਬ ਹੈ, ਸਫੀਸ਼ੈਂਟ ਬੈਡਸ ਨਹੀਂ ਹੁੰਦੇ, ਲੋਕ ਜਿਹੜੇ ਹਾਲਵੇਜ਼ ਵਿੱਚ ਬੈਠੇ 20-20, 24-24, 50-50 ਘੰਟੇ ਬੈਠੇ ਰਹਿੰਦੇ ਨੇ, ਠੀਕ ਹੈ. ਬਰੈਂਪਟਨ ਕੋਲ ਕੋਈ ਯੂਨੀਵਰਸਿਟੀ ਨਹੀਂ ਹੈ, ਬਰੈਂਪਟਨ ਦੇ ਕੋਲ ਪ੍ਰੋਪਰ ਟ੍ਰਾਂਜ਼ਿਟ ਸਿਸਟਮ ਨਹੀਂ ਹੈ. ਜੇ ਤੁਸੀਂ ਮੈਂਬਰ ਪਾਰਲੀਮੈਂਟ ਬਣਦੇ ਆ ਤਾਂ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਤੁਸੀਂ ਕੀ ਕਦਮ ਪੁੱਟੋਗੇ, ਤੁਸੀਂ ਕੀ ਕਰੋਗੇ? ਬੜਾ simple answer, difficult question again, or difficult question, difficult answer, simple question, let's say that everybody knows it. Yes, Brampton road hai aur main as a member of parliament, when I am committing it, mera main maqsad hai ki federal level te main Brampton nu kidda sync karna hai. As well as Brampton te sade bilkul simple mudde hai gaya, sanu university chahidi hai, sanu ਹੋਸਪਿਟਲ ਚਾਹੀਦਾ ਹੈ, ਸਾਡੀਆਂ ਰੋਡਸ ਦੇ ਹਾਈਵੇਜ਼ ਦਾ ਕੋਈ ਇੰਨਾ ਜ਼ਿਆਦਾ ਕੋਈ ਅੱਛਾ ਐਕਸੈਸ ਨਹੀਂ ਹੈਗਾ, ਸਾਡੀ ਘਰਾਂ ਦੀ ਅਫੋਰਡੇਬਿਲਿਟੀ ਜਿਹੜੀ ਪ੍ਰਾਈਜ਼ਿੰਗ ਹੈਗੀ ਉਹਦੇ ਉੱਤੇ ਕੋਈ ਰੋਕ ਨਹੀਂ ਲੱਗੀ ਹੋਈ. ਦੇਰ ਆਰ ਸੋ ਮੈਨੀ ਇਸ਼ੂਜ਼ ਟੁਗੈਦਰ. ਐਜ਼ ਯੋਰ ਫੈਡਰਲ ਕੈਂਡੀਡੇਟ, ਐਜ਼ ਯੋਰ ਫੈਡਰਲ ਰਿਪ੍ਰੈਜੈਂਟੇਟਿਵ, ਆਈ ਵਿਲ ਮੇਕ ਸ਼ੋਰ ਕਿ ਜਿਹੜੇ ਸਾਡੇ ਉੱਤੋਂ ਫੰਡਸ ਆਉਂਦੇ ਆ, ਜਿਹੜੇ ਸਾਨੂੰ ਬਰੈਂਪਟਨ ਨੂੰ ਜਿਸ ਚੀਜ਼ ਦੀ ਲੋੜ ਹੈਗੀ ਆ, ਜਿਹੜੇ ਸਾਡੇ ਇੱਥੇ ਇਸ਼ੂਜ਼ ਹੈਗੇ ਆ ਬਰੈਂਪਟਨ ਦੇ, ਉਹ ਪ੍ਰੋਪਰ ਫੈਡਰਲ ਦੇ ਨਾਲ ਸਿੰਕ ਕਰਕੇ, ਐਂਡ ਆਈ ਵਿਲ ਮੇਕ ਸ਼ੋਰ ਕਿ ਆਈ ਬ੍ਰਿੰਗ ਦ ਰਾਈਟ ਸੋਲਿਊਸ਼ਨਸ ਫੋਰ ਇਟ. ਅਗਰ ਅਸੀਂ ਫੈਡਰਲ ਲੈਵਲ 'ਤੇ ਹੋਸਪਿਟਲਸ ਦੀ ਗੱਲ ਕਰੀਏ, ਡੈਫੀਨੇਟਲੀ ਐਜ਼ ਫੈਡਰਲੀ ਦੇ ਕੈਨ ਓਨਲੀ ਗਿਵ ਮਨੀ ਫੋਰ ਦ ਹੈਲਥ ਕੇਅਰ, ਬਟ ਵੇਅਰ ਦੈਟ ਮਨੀ ਗੈਟਸ ਯੂਜ਼ ਵੀ ਡੋਂਟ ਨੋ ਇਟ, ਬਟ ਆਈ ਵਿਲ ਮੇਕ ਸ਼ੋਰ ਦੈਟ ਮਨੀ ਗੈਟਸ ਯੂਜ਼ ਟੂ ਦ ਰਾਈਟ ਡਾਇਰੈਕਸ਼ਨ. ਬਲਜੀਤ ਜੀ, ਸਵਾਲ ਹਲੇ ਸੈਂਕੜੇ ਪਏ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ, ਸੋ ਇਸ ਕਰਕੇ ਪ੍ਰੋਗਰਾਮ ਦੇ ਅੰਤ ਵਿੱਚ 30 seconds ਵਿੱਚ ਦੇ ਤੁਸੀਂ ਆਪਣੇ ਸਾਡੇ ਦਰਸ਼ਕਾਂ ਨੂੰ ਕੁਝ ਸੁਨੇਹਾ ਦੇਣਾ ਚਾਹੋ ਤਾਂ ਫਲੋਰ ਇਜ਼ ਯੂਅਰਸ. ਸੋ ਸੁਨੇਹਾ ਸਿਰਫ ਇੱਕੋ ਹੀ ਹੈਗਾ ਵੀ ਤੁਹਾਡਾ ਕੈਂਡੀਡੇਟ ਤੁਹਾਡੇ ਸਾਹਮਣੇ ਹੈਗਾ ਆ. ਆਈ ਐਮ ਯੋਰ ਵੋਇਸ, ਆਈ ਐਮ ਯੋਰ ਸਪੋਰਟ, ਆਈ ਐਮ ਯੋਰ ਕੈਂਡੀਡੇਟ. ਬਰੈਂਪਟਨ ਇਜ਼ ਯੋਰਸ. ਮੇਕ ਸ਼ੋਰ ਦ ਕੈਂਡੀਡੇਟ ਦੈਟ ਯੂ ਸੈਂਡ represents Brampton, he has a voice,
not his voice, but your voice in the parliament, and he brings the solutions. I call myself a troubleshooter. I am an IT professional, and I know how to put the solutions on the ground. I am an executor. I'll make sure ਕਿ ਫੈਡਰਲ ਦੇ ਜਿਹੜੇ ਵੀ ਤੁਹਾਡੇ ਕੋਈ ਵੀ ਚੀਜ਼ ਤੋਂ ਫੈਡਰਲ ਤੋਂ ਅਗਰ ਲੋਡ ਹੈਗੀ ਆ ਔਰ ਬ੍ਰੈਂਪਟਨ ਦੇ ਲੋਕਲ ਮੁੱਦਿਆਂ ਦੇ ਨਾਲ ਵੀ ਹੈਗੀ ਆ ਆਈ ਵਿਲ ਸਿੰਕ ਦੈਮ ਟੁਗੈਦਰ ਐਂਡ ਬ੍ਰਿੰਗ ਡਾਊਨ ਦ ਫੈਡਰਲ ਗਵਰਨਮੈਂਟ ਡਾਊਨ ਟੂ ਦ ਲੈਵਲ ਵੇਅਰ ਦੇ ਵਿਲ ਗਿਵ ਦ ਸੋਲਿਊਸ਼ਨਸ ਐਂਡ ਦੇ ਹੈਵ ਟੂ ਗਿਵ ਇਟ ਬ੍ਰੈਂਪਟਨ ਇਜ਼ ਵਨ ਆਫ ਦ ਮੋਸਟ ਇੰਪੋਰਟੈਂਟ ਵਿਜ਼ੀਬਲ ਰਾਈਡਿੰਗ ਐਂਡ ਦ ਸਿਟੀ ਦੈਟ ਨੀਡਸ ਟੂ ਬੀ ਟੇਕਨ ਕੇਅਰ ਆਫ ਬਲਜੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਚੈਨਲ ਪੰਜਾਬੀ ਦੇ ਆਏ ਥੈਂਕ ਯੂ ਸੰਜੀਵ ਜੀ ਬਹੁਤ ਸੋ ਇਹ ਸਨ ਬਲਜੀਤ ਬਾਵਾ ਜੀ ਬ੍ਰੈਂਪਟਨ ਸੈਂਟਰ ਤੋਂ ਕੈਂਡੀਡੇਟ ਪੀਪਲਸ ਪਾਰਟੀ ਆਫ ਕੈਨੇਡਾ ਦੇ ਡੇਟਲਾਈਨ ਟੋਰਾਂਟੋ ਪ੍ਰੋਗਰਾਮ ਜਾਰੀ ਰਹੇਗਾ ਪਰ ਇਹ ਸੈਗਮੈਂਟ ਇੱਥੇ ਹੀ ਖਤਮ ਹੁੰਦਾ ਹੈ ਵੇਖਦੇ ਰਹੋ ਚੈਨਲ ਪੰਜਾਬੀ ਬਲਜੀਤ ਜੀ ਤੁਸੀਂ ਚੈਨਲ ਪੰਜਾਬੀ 'ਤੇ ਆਏ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ Thank you, Sanjeev ji. Thank you for bringing me here and thank you for putting me in front of the Bramptons. ਤੁਸੀਂ ਵੇਖ ਰਹੇ ਹੋ ਡੇਟਲਾਈਨ ਟੋਰਾਂਟੋ ਪ੍ਰੋਗਰਾਮ ਇਹ ਪ੍ਰੋਗਰਾਮ ਦਾ ਇਹ ਸੈਗਮੈਂਟ ਇੱਥੇ ਹੀ ਖਤਮ ਹੁੰਦਾ ਹੈ ਪਰ ਵੇਖਦੇ ਰਹੋ ਡੇਟਲਾਈਨ ਟੋਰਾਂਟੋ ਚੈਨਲ ਪੰਜਾਬੀ ਤੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ